ਸਰ ਤੁਹਾਡਾ ਫੇਵਰਿਟ ਸਟਾਰ ਕਿਹੜਾ ਹੈ? ਤੁਸੀਂ ਪੁੱਛ ਕੇ ਅੰਬ ਲੈਣੇ। ਅਲਕਾ ਯਾਰ ਕੀ ਕਰ ਰਹੀ ਆ? ਯਾਰ ਮੂਵੀ ਸਰਚ ਕਰ ਰਹੀ ਆ, ਅਕਸ਼ੇ ਕੁਮਾਰ ਦੀ ਕੋਈ ਮੂਵੀ ਨਹੀਂ ਆ ਰਹੀ। ਇੰਨਾ ਜ਼ਿਆਦਾ ਫੇਵਰਿਟ ਆ। ਅੱਛਾ ਅਗਰ ਤੇਰੇ ਸਾਹਮਣੇ ਆ ਜਾਏ ਫਿਰ ਕੀ ਕਰੇਂਗੀ? ਤਾਂ ਮੈਂ ਪਹਿਲੇ ਉਹਨੂੰ ਘੁੱਟ ਕੇ ਜੱਫੀ ਪਾਊਂਗੀ ਅਤੇ ਫਿਰ ਨਾ ਮੈਂ ਉਹਨੂੰ ਕਹੂੰਗੀ ਮੈਨੂੰ ਖਤਰੇ ਕੇ ਖਿਲਾੜੀ ਦੇ ਵਿੱਚ ਨਾ ਇੱਕ ਚਾਂਸ ਦੇ ਦੇ। ਦੇਖ ਇਹਦੇ ਨਾਲ ਪਤਾ ਕੀ ਹੋਊਗਾ, ਮੈਂ ਟੀ ਵੀ 'ਤੇ ਵੀ ਆ ਜੂੰਗੀ ਅਕਸ਼ੇ ਕੁਮਾਰ 24 ਘੰਟੇ ਮੇਰੀਆਂ ਅੱਖਾਂ ਦੇ ਸਾਹਮਣੇ। ਕਿੰਨੀ ਖਰਾਬ ਆ ਨਾ ਤੂੰ, ਨਾਲ ਨਾਲ ਆਪਣੇ ਪੈਸੇ ਵੀ ਟੀ ਵੀ 'ਚ ਵੀ ਅਤੇ ਅਕਸ਼ੇ ਕੁਮਾਰ ਵੀ। ਕੋਈ ਕੀ ਫਾਇਦਾ, ਤਾਂ ਦੇਖਣਾ ਪੈਂਦਾ ਪਿਆਰ ਵੀ ਔਰ ਆਪਣੀ ਜਗ੍ਹਾ। ਚਲੋ ਫਿਰ ਲੋਕਾਂ ਨੂੰ ਵੀ ਪੁੱਛਦੇ ਹਾਂ ਕਿ ਉਹਨਾਂ ਦਾ ਫੇਵਰੇਟ ਐਕਟਰ ਕੌਣ ਆ ਅਤੇ ਉਹ ਕੀ ਮੈਸੇਜ ਦੇਣਾ ਚਾਹੁੰਦੇ ਨੇ ਅਤੇ ਅਗਰ ਸਾਹਮਣੇ ਆਇਆ ਤਾਂ ਕੀ ਰਿਐਕਟ ਕਰਨਗੇ। ਸਰ ਤੁਹਾਡਾ ਫੇਵਰੇਟ ਸਟਾਰ ਕਿਹੜਾ ਹੈ? ਤੁਸੀਂ ਪੁੱਛ ਕੇ ਅੰਬ ਲੈਣੇ। ਸਰ ਆ ਕੀ ਹੈ? ਮੇਰੇ ਫੇਵਰੇਟ ਸਟਾਰ ਦਾ ਦਲਜੀਤ ਦੋਸਾਂਝ। ਮੇਰਾ ਫੇਵਰੇਟ ਬਾਲੀਵੁੱਡ ਸਟਾਰ ਅਮਿਤਾਭ ਬੱਚਨ ਹੈ। ਮੇਰਾ ਫੇਵਰੇਟ ਸਟਾਰ ਦਲਜੀਤ ਦੋਸਾਂਝ। ਰਣਵੀਰ ਕਪੂਰ। ਸਲਮਾਨ ਖਾਨ। ਮੇਰਾ ਫੇਵਰੇਟ ਸਟਾਰ ਜੀ ਬੱਬੂ ਮਾਨ। ਸ਼ਤਰੂਗਨ ਸਿਨਹਾ। ਆਲਿਆ ਭੱਟ। ਮੇਰਾ ਫੇਵਰੇਟ ਸਟਾਰ ਜੀ ਆਰਨੇਤ ਜੀ ਨੇ। ਤੋ ਸਰ ਉਨਕਾ ਇੱਕ ਡਾਇਲੋਗ ਹੋ ਜਾਏ ਫਿਰ। ਰਿਸ਼ਤੇ ਮੇਂ ਤੋ ਹਮ ਤੁਮਾਰੇ ਬਾਪ ਲਗਤੇ ਹੈ, ਨਾਮ ਹੈ ਸ਼ਹਿਨਸ਼ਾਹ। ਹਮ ਆਪਕੇ ਇਤਨੇ ਛੇਦ ਕਰੇਂਗੇ ਕਿ ਆਪ ਕਨਫਿਊਜ਼ ਹੋ ਜਾਓਗੇ। ਸਰਦਾਰ ਨਹੀਂ ਸਰਦਾਰ ਜੀ। 100-2000 ਤੋਂ ਲੱਖ ਲੱਖ ਤੋਂ ਕਰੋੜ ਕਮਾਉਣ ਦੀ ਬੰਦੇ ਦੀ ਲਾਲਸਾ ਨਹੀਂ ਆਉਂਦੀ, ਇਹਦਾ ਹੀ ਲੋਕ ਕਹਿਣ ਲੱਗਦਾ ਬਾਈ ਦਾ। ਹੋ ਨੀਲੀ ਛੱਤ ਵਾਲੇ ਨੇ ਵੇ ਪਾਏ ਫਰਕ ਜੇ ਕਾ ਤੋਂ ਏ, ਵੇ ਦੁਨੀਆ ਅੰਡੇ ਵਰਾਂ ਤੇ ਤੇਰਾ ਪੁੱਤੇ ਆਟੋ ਤੇ ਹਰ ਗੋਰੀ ਟੱਕਰ ਦੀ ਦੁੱਧ ਚਿੱਟੀ ਚਾਦਰ ਜੀ। ਹੇ ਚੰਡੀਗੜ੍ਹ ਬਾਪੂ ਏ ਨਾ ਕੋਈ ਮਿਲੀ ਬਰਾਬਰ ਦੀ, ਚੰਡੀਗੜ੍ਹ ਬਾਪੂ ਏ ਨਾ ਕੋਈ ਮਿਲੀ ਬਰਾਬਰ ਦੀ। ਅਮਿਤਾਭ ਤੋਂ ਪੂਰਾ ਪੈਕੇਜ ਹੀ ਅੱਛਾ ਹੈ, ਇਸਕੀ ਆਵਾਜ਼ ਸਭ ਸੇ ਅੱਛੀ ਹੈ, ਜਿਸਕੇ ਕਾਰਨ ਉਨਕੋ ਕਭੀ ਨੌਕਰੀ ਨਹੀਂ ਮਿਲੀ, ਆਜ ਉਸਕੇ ਕਾਰਨ ਉਨਕੀ ਪਹਿਚਾਨ ਹੈ। ਉਨਕਾ ਸਟਾਈਲ, ਉਨਕੀ ਪਿਕਚਰਸ ਔਰ ਉਨਕੇ ਡਾਇਲੌਗਸ, ਉਹਨਾਂ ਦੀ ਲੁਕਿੰਗ, ਮਤਲਬ ਕਿ ਉਹ ਉਹਨਾਂ ਦਾ ਨੇਚਰ ਬਹੁਤ ਵਧੀਆ ਵਾ। ਉਹ ਕਿਤੇ ਵੀ ਜਾਂਦੇ ਆਪਣੇ ਕਿ ਇਹ ਨਹੀਂ ਦਿਖਾਉਂਦੇ ਕਿ ਉਹ ਵੱਡੇ ਸਟਾਰ ਹਨ, ਨਾ ਉਹ ਕਿਸੇ ਨਾਲ ਹਰ ਨਾਲ ਨੋਰਮਲ ਤਰੀਕੇ ਨਾਲ ਹੀ ਮਿਲਦੇ ਆ ਸਰ। ਮੈਮ ਉਸਕੀ ਬੋਡੀ ਬਹੁਤ ਅੱਛੀ ਹੈ, ਇਜ਼ ਅ ਬੋਡੀ ਬਿਲਡਰ, ਗੁੱਡ ਬੋਡੀ ਬਿਲਡਰ। ਪਹਿਲਾਂ ਵੀ ਹੁਣ ਵੀ ਲਾਈਵ 'ਚ ਤੁਸੀਂ ਜਦੋਂ ਮਰਜ਼ੀ ਸੁਣ ਲਿਓ, ਉਹਨਾਂ ਨੇ ਹਮੇਸ਼ਾ ਗੱਲ ਕਰਨੀ ਹੈ ਪੰਜਾਬੀ ਤੋਂ ਦੀ। ਪੁਲਿਸ ਲੱਭੇ ਫੌਜ ਲੱਭ, ਤੂੰ ਆਪਦੀ ਚਮੜੀ ਦਾ ਜਗਾੜ ਕਰ। ਖਾਮੋਸ਼ ਬੋਲ ਦੇਣਾ, ਦੀਵਾਲੀ ਆਇਆ ਤੋ ਮੈਂ ਬੋਲੂੰਗਾ, ਮੈਂ ਆਪ ਮੇਰੇ ਕੋ ਪੋਰਟਰੇਟ ਲੈ ਲੈਣਾ ਔਰ ਮੈਂ ਆਪਕੋ ਐਜ਼ ਅ ਡ੍ਰੀਮਲ ਦੇਤਾ ਹੂੰ। ਮੈਂ ਤਾਂ ਘੁੱਟ ਕੇ ਜੱਫੀ ਪਾ ਲਵਾਂਗਾ ਉਹਨਾਂ ਨੂੰ। ਸੋ ਇਹ ਸੀ ਲੋਕਾਂ ਦੇ ਆਪਣੀ ਸਟਾਰ ਲਈ ਪਿਆਰ ਭਰੇ ਵਿਚਾਰ, ਅਤੇ ਤੁਹਾਡਾ ਕੌਣ ਫੇਵਰੇਟ ਐਕਟਰ ਹੈ ਸਾਨੂੰ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਜ਼ਰੂਰ ਦੱਸਣਾ ਹੈ। ਤਦ ਤੱਕ ਦੇਖਦੇ ਰਹੋ ਲੁਧਿਆਣਾ ਲਾਈਵ। Hey there, subscribe to my channel and also press this bell icon so you never miss any new updates, cause whenever we upload new video you will get a notification on your phone.